ਸਮੇਂ ਦੀ ਵੱਡੀ ਖਬਰ ਆ ਰਹੀ ਹੈ ਜ਼ਿਲ੍ਹਾ ਰੂਪਨਗਰ ਤੋਂ, ਜਿੱਥੇ ਨੰਗਲ ਇਲਾਕੇ ਦੇ ਭਿਓਰ ਸਾਹਿਬ ਵਿਖੇ ਦੋ ਗੁੱਟਾਂ ਵਿਚਕਾਰ ਹੋਈ ਖੂਨੀ ਸੰਘਰਸ਼ ਦੌਰਾਨ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਦੋ ਗੁੱਟਾਂ ਵਿਚਕਾਰ ਕੱਲ੍ਹ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਦੱਸਿਆ ਜਾ ਰਿਹਾ ਤਾਂ ਹਵਾਈ ਫਾਇਰਿੰਗ ਵੀ ਕੀਤੀ ਗਈ ਹੈ ਅਤੇ ਕੁਝ ਵਿਅਕਤੀ ਜ਼ਖਮੀ ਵੀ ਹੋ ਗਏ, ਜਿਨ੍ਹਾਂ ਛਰਲੇ ਲੱਗੇ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪੁਲਿਸ ਪੁੱਜ ਗਈ ਹੈ। ਜ਼ਖਮੀਆਂ ਨੂੰ ਪਹਿਲਾਂ ਨੰਗਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਨ੍ਹਾਂ 'ਚ ਦੋ ਦੀ ਹਾਲਤ ਕਾਫ਼ੀ ਗੰਭੀਰ ਹੁੰਦੇ ਹੋਏ ਦੇਖਦੇ ਹੋਏ PGI ਰੈਫਰ ਕਰ ਦਿੱਤਾ ਗਿਆ। ਕੀ ਹੈ ਸਾਰਾ ਮਾਮਲਾ ਤੁਹਾਨੂੰ ਸੁਣਾਉਂਦੇ ਹਾਂ। ਹਾਦਸੇ ਵਿੱਚ ਹੋਏ ਜ਼ਖਮੀ ਵਿਅਕਤੀ ਕੀ ਕਹਿ ਰਹੇ ਨੇ, ਪੁਲਿਸ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੀ ਹੈ? ਬੱਸ ਚ ਆਇਆ ਨੰਗਲ ਮੇਰਾ ਦੋਸਤ ਨਾਲ, ਆਪਾਂ ਡੈਮ ਲੰਘੇ। ਕਿੱਥੇ ਲੰਘੇ ਤੁਸੀਂ? ਦੜੋਲੀ। ਦੜੋਲੀ, ਹਾਂਜੀ। ਲੰਘੇ ਡੈਮ, ਸਾਡੇ ਮਗਰ ਨਾ ਪਹਿਲਾਂ ਮੁੰਡੇ ਪਏ ਜੀ, ਹਾਂਜੀ, ਸਾਡੇ ਵੀ ਨਾਲ ਦੋਸਤ ਜੀ ਦੀ ਗੱਲਬਾਤ ਹੋਣੀ। ਪਹਿਲਾਂ ਸਾਡੇ ਮਗਰ ਪਏ, ਅਸੀਂ ਲੰਘੇ ਜੀ ਭੋਰ ਸਾਹਿਬ ਨੂੰ, ਅਸੀਂ ਉੱਥੇ ਸਾਈਡ ਤੇ ਖੜ ਗਏ। ਬਾਅਦ ਚ ਫੋਨ ਕੀਤਾ ਵੀ ਗੱਲ ਕੇ ਆਏ, ਤਾਂ ਕਹਿੰਦੇ ਵੀ ਭੋਰ ਸਾਹਿਬ ਨੂੰ ਆਏ ਵੀ ਗੱਲ ਮੁਕਾ ਲੈਂਦੇ ਆਪਾਂ, ਫਿਰ ਦੱਸਦਾ ਨਾਲ ਦੇ ਮੁੰਡੇ ਦੀ ਗੱਲ ਦੀ ਜੀ। ਤਾਂ ਅਸੀਂ ਉੱਥੇ ਗਏ, ਉਹ ਸਾਡੇ ਵੱਲੋਂ ਸਿੱਧੇ ਬਹਿ ਗਏ ਵੀ ਖੰਡੇ ਕਿਰਪਾਨਾਂ ਨਾਲ ਸਾਡੇ ਫਿਰ ਏਦਾਂ ਵੀ ਲੜਾਈ ਲੜੋਈ ਹੋਈ ਗਈ। ਕਿੰਨੇ ਨੌਜਵਾਨ ਜ਼ਖਮੀ ਹੋਏ ਤੁਹਾਡੇ? ਸਾਡੇ ਦੋ ਹੀ ਹੋਏ, ਮੈਂ ਤੇ ਮੇਰਾ ਦੋਸਤ। ਦੂਜਾ ਅਨਮੋਲ ਹੈ? ਅਨਮੋਲ ਤੇ ਉਹਨੂੰ ਰੈਫਰ ਕਰ ਦਿੱਤਾ ਗਿਆ, ਉਹਨੂੰ PGI ਰੈਫਰ ਕਰ ਦਿੱਤਾ। ਤੇ ਦੂਜੇ ਗੁੱਟ ਦਾ ਜਿਹੜਾ ਵਿਨੇ ਕੁਮਾਰ ਹੈ ਮੁੰਡਾ ਨੇਲੇ ਦਾ, ਉਹ ਨਾ ਇਹ ਕਹਿਣਾ ਉਹਨੇ ਐਲੀਗੇਸ਼ਨ ਲਾਏ ਤੁਹਾਡੇ ਪਰ ਸਿੱਧੇ ਸਿੱਧੇ ਤੌਰ ਤੇ ਵੀ ਫਰਮ ਵੱਲੋਂ ਮੇਰੇ ਉੱਪਰ ਫਾਇਰ ਕੀਤੀ। ਨਹੀਂ ਸਰ, ਮੈਂ ਨਹੀਂ ਕੁਛ ਕੀਤਾ, ਉਹਨੀ ਮੇਰੇ ਸਾਡੇ ਪਰ ਕੀਤਾ, ਬਾਜ ਆਈ ਉੱਥੇ, ਸਾਡਾ ਬਚਾਅ ਹੋ ਗਿਆ ਜੀ। ਅੱਛਾ, ਉਹਦੀ ਜਦੋਂ ਆਵਾਜ਼ ਆਉਂਦੀ ਹੈ ਠਾਹ ਦੀ, ਹਾਂਜੀ, ਇੱਦਾਂ ਨਹੀਂ ਪਤਾ ਲੱਗਿਆ ਕਿਹਨੇ ਚਲਾਇਆ, ਉਹਦੇ ਵੱਲ ਦੇ ਵਹਿਰ ਹੋਇਆ। ਅਸੀਂ ਤਾਂ ਦੋ ਜਣੇ ਤਾਂ ਇੱਥੇ ਗੱਲ ਮੁਕਾਣ ਗਏ ਤੇ ਸਾਨੂੰ ਕੋਈ ਪਤਾ ਵੀ ਨਹੀਂ ਹੈ ਅੱਡੇ ਕੋਲ ਨਾਲੇ ਕਿੱਥੇ ਆਉਣਾ, ਡਿਊਟੀ ਚੱਲੇ ਵੀ ਉੱਥੇ ਸਾਰੀ ਏਅਰਫੋਰਸ ਲੱਗਦੀ ਅੰਦਰ ਸਾਰੀ, ਅਸੀਂ ਕਿੱਥੇ ਤੇਰੀ ਚੀਜ਼ਾਂ ਚੱਕਣੀਆਂ ਜੀ। ਉਹਨੇ ਸਾਡੇ ਪਰ ਕੀਤਾ, ਹੁਣ ਇੱਦਾਂ ਇਹ ਸਾਡਾ ਰਿਕਾਰਡ ਚੈੱਕ ਕਰ ਲਿਓ ਜੀ, ਆਪਾਂ ਵੀ ਸਾਫ਼ ਹੈ ਵੀ ਕੋਈ ਨਹੀਂ। ਉਹ ਮੁੰਡੇ ਕੋਲ ਪਹਿਲਾਂ ਵੀ ਕਈ ਪਰਚੇ ਚੱਲਦੇ ਜੀ, ਇੱਦਾਂ ਉਹ ਤਾਂ ਜੀ ਸੱਤ ਅੱਠ ਜਣੇ ਤੇ, ਸੱਤ ਅੱਠ ਜਣੇ ਸਾਰੇ ਸਾਡੇ ਵੱਲੋਂ ਪਏ। ਲੜਾਈ ਦਾ ਕਾਰਨ ਕਿਆ ਦੱਸਿਆ? ਲੜਾਈ ਦਾ ਕਾਰਨ ਬਹਿਸ ਭਸਾਈ ਫੋਨ ਪਰ ਹੁੰਦੀ ਸੀ, ਛੱਡੋ ਗੱਲ ਵੀ ਕਿਆ ਕਹਿੰਦੀ ਛੋਟੇ ਬੱਚੇ ਦੀ ਲੜਾਈ। ਹਾਂ, ਵੈਦ ਦੇ ਨਾਲ ਦੇ ਹੁੰਦੇ ਨਾ, ਏਦਾਂ ਹੀ ਵੀ ਯਾਰ ਦੋਸਤ ਹੁੰਦੀ ਲੜਾਈ ਸੀਗੀ। ਅਸੀਂ ਤਾਂ ਵੀ ਉੱਦਾਂ ਚੱਲੇ, ਅਪਰਿੰਟ ਚੱਲੇ ਵੀ ਤੇ ਉਹ ਸਾਡੇ ਨਾਲ ਦੇ ਮੁੰਡੇ ਵੀ ਜਿਹੜੇ ਮੇਰੇ ਦੋਸਤ ਦੇ, ਹੁਣ ਸਾਡੇ ਮਗਰ ਪੈ ਗਏ ਉਹ ਸਾਨੂੰ ਦੇਖ ਕੇ। ਅਸੀਂ ਆਪਣਾ ਬਚਾਅ ਕੀਤਾ, ਅੱਜ ਫੋਨ ਕੀ ਫੋਨ ਆਉਂਦੇ ਫੋਨ ਹੁੰਦੇ ਹੀ ਆਏ ਵੀ ਮੈਂ ਰਿਪੋਰਟ ਚੈੱਕ ਕਰ ਲਿਓ ਵੀ ਇੱਥੇ ਨਵਾਜ ਇੱਦਾਂ ਆਇਓ, ਅਸੀਂ ਫਿਰ ਉੱਥੇ ਗੱਲ ਮੁਕਾਣ ਕੇ ਵੀ ਉਹ ਸਿੱਧੇ ਆਏ। ਫਿਰ ਨਾਲੇ ਉਹ ਨਹੀਂ ਕੀਤਾ ਜੀ, ਸਾਨੂੰ ਇਹ ਨਹੀਂ ਪਤਾ ਲੱਗਾ ਸਾਡਾ ਬਚਾਅ ਹੋ ਗਿਆ। ਸਰ ਮੇਰੇ ਨਾਲ ਫਾਇਰ ਕੀਤੇ, ਆ ਦੇਖੋ ਆ ਮੇਰੇ ਇਸ਼ਾਰੇ ਲੱਗੇ ਆ। ਕਿਹਨੇ ਕੀਤੇ? ਇਹ ਕੀਤੇ ਅਨਮੋਲ ਨੇ।
ਕਿਆ ਹੋਇਆ ਕਿਆ ਸੀਗਾ ਸਰ? ਆਪਾਂ ਖੜੇ ਹੋ ਗਏ, ਖੜੇ ਵਿੱਚ ਗਏ, ਉਹ 35-40 ਮੁੰਡੇ ਆਏ ਸਿੱਧਾ ਖੜੇ ਵਿੱਚ ਗਏ ਸਰ ਬਹੋਰ ਸਾਹਿਬ ਗਰਾਊਂਡ 'ਚ। ਕਿਆ ਕਰਦੇ ਤੁਸੀਂ ਸਰ? ਮੈਂ ਤਾਂ ਉੱਦਾਂ ਹੀ ਗਿਆ ਸੀਗਾ, ਮਤਲਬ ਤੁਸੀਂ ਵੈਸੇ ਕੰਮ ਕਿਆ ਕਰਦੇ? ਮੈਂ ਸੁਪਰਵਾਈਜ਼ਰ ਲੱਗਿਆ ਵਾ। ਕਿੱਥੇ? ਸੁਪਰਵਾਈਜ਼ਰ ਲੱਗਿਆ ਵਾ ਸੋਲਰ ਪਲਾਂਟ 'ਚ। ਸੋਲਰ ਪਲਾਂਟ, ਹਾਂਜੀ। ਰਹਿੰਦੇ ਕਿੱਥੇ ਆ? ਰਹਿੰਦੇ ਸਰ ਨੈਲੇ। ਸਰ ਮੈਂ ਤਾਂ ਇੱਦਾਂ ਖੜਿਆ ਸੀਗਾ, ਨਾਲ ਹੀ ਆ ਕੇ ਇਹਨੀ ਫਾਇਰ ਚਲਾਏ ਜਿਹਦੇ ਨਾਲ ਮੇਰੇ ਆਹ ਦੇਖੋ ਆਹ ਲੱਗੀ ਮੇਰੇ ਸ਼ਰ ਅੰਦਰ ਫੜਿਆ ਤੇ ਇਹਨੀ ਖੰਡੇ ਖੁੰਡੇ ਮਾਰਨ ਲੱਗੇ ਤੇ ਇਹਨੀ ਖੰਡੇ ਖੁੰਡੇ ਮਾਰੇ ਮੇਰੇ ਤੇ ਆਹ ਦੇਖੋ ਖੰਡੇ ਦਾ ਨਿਸ਼ਾਨ ਆਹ ਇਸ ਇੰਨੀ ਦੀ ਜਿਹੜਾ ਪੂਰਾ ਵੱਟ ਗਿਆ ਆਹ ਪਿੱਛੇ ਇਹ ਦੇਖ ਲਓ। ਬਸ ਬਸ ਠੀਕ ਹੈ ਠੀਕ ਹੈ। ਤੇ ਤੁਹਾਡੇ ਜਵਾੜੇ ਚ ਕੀ ਸਾਰਾ? ਸਰ ਮੇਰਾ ਜਵਾੜਾ ਹਿੱਲ ਗਿਆ ਲੱਗਦਾ। ਕਿੰਨੇ ਦੰਦ ਟੁੱਟ ਗਏ? ਸਰ ਦੋ ਦੰਦ ਟੁੱਟ ਗਏ। ਹਾਂਜੀ। ਪੁਲਿਸ ਵਗੈਰਾ ਬਿਆਨ ਹੋ ਗਏ ਸਾਰੇ? ਸਰ ਪੁਲਿਸ ਬਿਆਨ ਹਾਂਜੀ ਹੋ ਗਏ ਜੀ। ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ? ਸਰ ਉਹ PI ਰੈਫਰ ਕਰ ਰਹੇ ਇਸ ਟਾਈਮ ਮੈਨੂੰ ਤੇ ਆ ਬਾਕੀ ਕਾਰਵਾਈ ਅੱਗੇ ਮਜਦਾ ਠੀਕ ਹੋ ਜਾਣਾ ਨਾਲ ਹੀ। ਕਿੰਨੇ ਬੰਦਿਆਂ ਨੇ ਹਮਲਾ ਕੀਤਾ? ਸਰ ਘੱਟੋ ਘੱਟ 40 ਬੰਦੇ ਸੀਗੇ। 40 ਬੰਦੇ? ਹਾਂਜੀ। ਕਿਆ ਕੋਈ ਪੁਰਾਣੀ ਰੰਜਸ ਸੀਗੀ ਜਾਂ? ਸਰ ਨਹੀਂ, ਰੰਜਸ ਨਹੀਂ, ਐਦਾਂ ਅਸੀਂ ਬੈਠੇ ਸੀਗੇ ਆ ਕੇ ਤੇ ਆ ਕੇ ਸਿੱਧਾ ਹੀ ਆ ਕੇ ਉਹਨੇ ਪਹਿਲਾਂ ਤਾਂ ਫਾਇਰ ਕੀਤੇ ਮੇਰੇ, ਗੋਲੀਆਂ ਚਲਾਈਆਂ ਦਿੱਤੀ, ਗੋਲੀ ਚਲਾਈ ਉਹ ਇੱਥੇ ਆ ਕੇ ਵੱਜੀ, ਮਤਲਬ ਮੇਰੇ ਹਾਂਜੀ ਬਾਂਹ 'ਤੇ ਵੱਜੀ ਅਤੇ ਨਾਲ ਹੀ ਜਦੋਂ ਮੈਂ ਗਿਰਿਆ, ਜਦੋਂ ਮੇਰੇ ਫਾਇਰ ਹੋਇਆ ਦਿੱਤੀ ਮੇਰੇ ਤਾਂ ਮੈਂ ਨੀਚੇ ਗਿਰ ਗਿਆ ਗਰਾਊਂਡ 'ਚ ਤਾਂ ਆ ਕੇ ਨਹੀਂ ਗੰਡਾਸੇ ਮਾਰਨੇ ਸਟਾਰਟ ਕਰਤੇ। ਦੱਸਿਆ ਵੀ ਜਾਂਦਾ ਵੀ ਤੁਸੀਂ ਜੰਗਲ 'ਚ ਪੇਪ ਸੀਗੇ, ਕਿਸੇ ਨੇ ਚੱਕਿਆ ਵੀ ਨਹੀਂ? ਸਰ ਇੱਦ ਸਰ ਕੋਈ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਿੱਥੇ ਆ ਕਿੱਥੇ ਨਹੀਂ, ਮੈਨੂੰ ਅੱਧੇ ਘੰਟੇ ਬਾਅਦ ਹੋਸ਼ ਆਈ ਜਿੱਦਾਂ ਜਿਵੇਂ ਮੈਂ ਆਪਣੇ ਸਾਥੀਆਂ ਨੂੰ ਫੋਨ ਕੀਤਾ ਕਿ ਮੈਨੂੰ ਇੱਦਾਂ ਕਿ ਉਹਨੇ ਐਂਬੂਲੈਂਸ ਬੁਲਾਈ ਅਤੇ ਮੈਂ ਸਿੱਧਾ ਇਹ ਸਿਵਲ ਹੋਸਪਿਟਲ ਦਾਖਲ ਕਰਤਾ ਮੈਨੂੰ। ਹੁਣ ਤੁਹਾਨੂੰ ਰੈਫਰ ਕਰ ਦਿੱਤਾ ਗਿਆ? ਹਾਂਜੀ, ਹੁਣ ਚੰਡੀਗੜ੍ਹ ਨੂੰ ਰੈਫਰ ਕੀਤਾ ਹੀ ਨਹੀਂ, ਮਤਲਬ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਾਂ। ਹਾਂਜੀ ਸਰ। ਕਿੰਨੀ ਉਮਰ ਹੈ ਆਪਣੀ? 20 ਸਰ, 25 ਸਾਲ ਹੋਏ। 25 ਸਾਲ, ਹਾਂਜੀ। ਤਿੰਨ ਪੇਸ਼ੈਂਟਸ ਆਏ ਹੈ ਹਮਾਰੇ ਪਾਸ, ਅਨਮੋਲ, ਇੱਕ ਪਰਮਵੀਰ ਔਰ ਇੱਕ ਵਿਨੇ ਕੁਮਾਰ, ਜਿਨਮੇ ਸੇ ਦੋ ਪੇਸ਼ੈਂਟਸ ਕੋ ਰੈਫਰ ਕੀਆ ਹੈ, ਇੱਕ ਪੇਸ਼ੈਂਟ ਯਹੀ ਐਡਮਿਟਿਡ ਹੈ। ਕੁਝ ਜ਼ਿਆਦਾ ਲੱਗੀ ਹੈ, ਮਤਲਬ ਨਿਸ਼ਾਨ ਵਗੈਰਾ ਕਿਸ ਕੁਝ ਕਿਆਸ ਲਗਾਏ ਜਾ ਸਕਦੇ ਹੈ, ਕਿਆ ਚੀਜ਼ ਮਾਰੀ ਗਈ ਹੈ ਉਹਦੇ ਕਿਆ ਨਹੀਂ? ਅਨਮੋਲ ਦੇ ਔਰ ਵਿਨੇ ਕੁਮਾਰ ਦੇ ਕੁਝ ਜਿਹਦਾ ਵਿਨੇ ਕੁਮਾਰ ਦਾ ਸਾਰੇ ਦੰਦ ਵਗੈਰਾ ਵੀ ਟੁੱਟੇ ਮਿਲੇ ਹੋਏ, ਛੋੜਾ ਜਿਹਾ ਹੋਇਆ ਉਹਦਾ। ਹਾਂਜੀ, ਪੇਸ਼ੈਂਟ ਕੇ ਅਕੋਰਡਿੰਗ ਤੋਂ ਉਨਕੋ ਡੰਡੋ ਸੇ ਹੀ ਮਾਰਾ ਗਿਆ ਹੈ। ਅੱਛਾ, ਜੋ ਉਹਨਾਂ ਨੇ ਬਿਆਨ ਦਿਏ ਹੈ। ਆਪਨੇ ਫਰਸਟ ਏਡ ਦੇ ਰੈਫਰ ਕੀਆ? ਹਾਂਜੀ। ਇਹ ਆਪਣਾ ਬਭੋਰ ਸਾਹਿਬ ਦੋ ਗੁੱਟਾਂ ਦੇ ਵਿਚਕਾਰ ਲੜਾਈ ਹੋਈ ਸੀ, ਇਹਦੇ 3 ਨੌਜਵਾਨ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਦੋਵਾਂ ਨੂੰ PGI ਰੈਫਰ ਕਰ ਦਿੱਤਾ ਹੈ ਅਤੇ ਇੱਕ ਇੱਥੇ ਹੀ ਐਡਮਿਟ ਹੈ ਆਪਣਾ ਨੰਗਲ ਹੋਸਪਿਟਲ। ਅਤੇ ਸਰ ਦੱਸਿਆ ਜਾ ਰਿਹਾ ਕੋਈ ਫਾਇਰ ਵੀ ਹੋਇਆ, 3 ਹਵਾਈ ਫਾਇਰ ਵੀ ਕੀਤੇ ਗਏ ਆ ਇਹਨਾਂ ਜੋ ਲੜੇ ਆ ਅੱਜ? ਨਹੀਂ ਨਹੀਂ, ਇਹੋ ਜਿਹੀ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ, ਅਸੀਂ ਮੌਕੇ 'ਤੇ ਜਾ ਕੇ ਸਾਰਾ ਚੈੱਕ ਕੀਤਾ ਆ, ਕੋਈ ਉੱਥੇ ਸਾਨੂੰ ਖੋਲ ਨਹੀਂ ਮਿਲਿਆ, ਬਾਕੀ ਪੁੱਛ ਪੜਤਾਲ ਵੀ ਕੀਤੇ, ਉਹ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ। ਅਤੇ ਜਾਂਚ ਵਗੈਰਾ ਹੁਣ ਚੱਲ ਰਹੀ ਹੈ ਹਲੇ? ਹਾਂ, ਜਾਂਚ ਬਰੀਕੀ ਨਾਲ ਹੋ ਰਹੀ ਹੈ ਜੀ, ਬਿਆਨ ਲਿਖ ਲੈਣੇ, ਬਾਕੀ ਆਪਾਂ ਕਾਨੂੰਨੀ ਕਾਰਵਾਈ ਕਰਦਾਂਗੇ। ਤੇ ਹੁੱਲੜਬਾਜ਼ਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਹੁੱਲੜਬਾਜ਼ਾਂ ਨੂੰ ਇਹੀ ਮੈਸੇਜ ਹੈ ਕਿ ਹੁਣ ਹੁੱਲੜਬਾਜ਼ੀ ਛੱਡ ਦਿਓ, ਨਹੀਂ ਤਾਂ ਫਿਰ ਪੁਲਿਸ ਸਖਤ ਕਾਰਵਾਈ ਕਰੂਗੀ। ਜਗਵਾਨ TV ਲਈ ਮੈਂ ਹਰੀਸ਼ ਬਟਲਾ, ਰੋਪੜ।